ਹੈਲੋ ਸਟੂਡੈਂਟਸ ਤੁਹਾਡਾ ਮੇਰੇ ਚੈਨਲ ਟੀਚਿੰਗ ਰਸਤੇ ਸਵਾਗਤ ਹੈ ਬੱਚਿਓ ਇੱਕ ਨਿਊਜ਼ਪੇਪਰ ਦੇ ਆਇਆ ਦੇ ਵਿੱਚ ਆਇਆ ਹੈ ਕਿ ETT ਜਿਹੜੀ ਹੁਣ ਬੰਦ ਹੋ ਜਾਵੇਗੀ ਤੇ ਐਂਟੀਟੀ ਹੈ ਜਿਹੜੀ ਸਟਾਰਟ ਹੋ ਜਾਵੇਗੀ ਤਾਂ ਬੱਚਿਓ ਅੱਜ ਜਿਹੜਾ ਅਸੀਂ ਇਸ ਟੌਪਿਕ ਤੇ ਹੀ ਗੱਲ ਕਰਾਂਗੇ ਕਿ ETT ਜਿਹੜਾ ਕੋਰਸ ਹੈ ਉਹ ਬੰਦ ਹੋ ਚੁੱਕਾ ਹੈ ਜਾਂ ਹਾਲੇ ਹੋਣਾ ਹੈ ਕਿ ਐਂਟੀਟੀ ਹੈ ਜਿਹੜੀ ਉਹ ਸਟਾਰਟ ਹੋ ਚੁੱਕੀ ਹੈ ਕਿ ਇਸ ਸਾਲ ਹੈ ਜਿਹੜਾ ETT ਦੀ ਜਿਹੜੀ ਐਡਮਿਸ਼ਨ ਹੈ ਉਹ ਸਟਾਰਟ ਹੋਵੇਗੀ ਜਾਂ ਨਹੀਂ ਤਾਂ ਬੱਚਿਓ ਵੀਡੀਓ ਸਟਾਰਟ ਕਰਨ ਤੇ ਪਹਿਲਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਵੋ ਤਾਂ ਕਿ ਜੋ ਵੀ ਕੋਈ ਰਿਕਰੂਟਮੈਂਟ ਬੋਰਡ ਵੱਲੋਂ ਕੋਈ ਵੀ ਨਿਊਜ਼ ਆਂਦੀ ਹੈ ਜਾਂ ਕੋਈ ਵੀ ਅਪਡੇਟ ਆਂਦੀ ਹੈ ਤਾਂ ਤੁਹਾਨੂੰ ਇਸ ਚੈਨਲ ਤੋਂ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਬੱਚਿਓ ਹੁਣ ਆਪਾਂ ਗੱਲ ਕਰਦੇ ਹਾਂ ਕਿ ਸਾਡਾ ETT ਕੋਰਸ ਹੈ ਜਿਹੜਾ ਉਹ ਬੰਦ ਹੋ ਗਿਆ ਜਾਂ ਹਲੇ ਹੋਣਾ ਹੈ ਤਾਂ ਬੱਚਿਓ ਆਪਾਂ ਹੁਣ ਨਿਊਜ਼ਪੇਪਰ ਨੂੰ ਜਿਹੜਾ ਰੀਡ ਕਰਦੇ ਹਾਂ ਕਿ ਨਿਊਜ਼ਪੇਪਰ ਦੇ ਵਿੱਚ ਕੀ ਦਿੱਤਾ ਗਿਆ ਹੈ ਤਾਂ ਬੱਚਿਓ ਇਸ ਦੇ ਵਿੱਚ ਦੱਸਿਆ ਹੈ ਕਿ ਜਿਹੜਾ ETT ਜਿਹੜਾ ETT ਤੇ ਹੈ ਜਿਹੜਾ ਉਹ पंजाब में इतने लिख रखे हैं पंजाब में डा दा, बाईस डाइट इंस्टीट्यूट में ई के नए सत्र में दाखिले पर रोक एन की तैयारी तो बच्चों ये भास्कर न्यूज़ है जिड़ी उस उस ते आया हुआ है तो इस लिखा हुआ है कि स्टेट काउंसिल ऑफ एजुकेशन रिसर्च एंड ट्रेनिंग मतलब कि एस की तरफ से पंजाब के बाईस जिलों में चल रहे डिस्ट्रिक ਇੰਸਟੀਚਿਊਟ ਆਫ ਐਜੂਕੇਸ਼ਨ ਐਂਡ ਟ੍ਰੇਨਿੰਗ ਮੇ ਮਤਲਬ ਕਿ ਡਾਈਟ ਕੋਰਸ ਕੇ 2023 ਔਰ 25 ਸਤਰ ਕੇ ਲੀਏ ਦਾਖਲੇ ਰੋਕ دیے ਗਏ ਹਨ ਮਤਲਬ ਕਿ ਹੁਣ ਜਿਹੜੇ 2 2023 ਦੇ ਵਿੱਚ ਜਿਹੜੇ ਦਾਖਲੇ ਸ਼ੁਰੂ ਕਰਨੇ ਸੀ ਉਹ ਹਾਲੇ ਰੋਕੇ ਹੋਏ ਨੇ ਇਨਮੇ ਕਰੋੜਾ ਰੁਪਏ ਖਰਚ ਕਰਕੇ ਹੁਣ ਜਿਹੜੇ 5 ਹੈ ਜਿਹੜੇ ਹੋਰ ਡਾਈਟਨ ਜਿਹੜੇ ਇਹਨਾਂ ਨੇ ਜ਼ਿਲ੍ਹਿਆਂ ਦੇ ਵਿੱਚ ਬਣਾਏ ਸੀਗੇ ਤੇ ਜਿਹੜਾ ਬੱਚੋ ਬੀ ਐਸਾ ਕੰਦ ਕੇਂਦਰ ਸਰਕਾਰ ਹੈ ਜਿਹੜਾ ਉਹਨਾਂ ਨੇ ਇੱਕ ਪਾਲਿਸੀ ਬਣਾਈ ਹੈ ਨਈ ਐਜੂਕੇਸ਼ਨ ਪਾਲਿਸੀ ਬਣਾਈ ਹੈ ਜਿਸ ਦੇ ਅਨੁਸਾਰ ਹੈ ਜਿਹੜਾ 88T ਹੈ ਜਿਹੜਾ ਉਹਦਾ ਉਹਨਾਂ ਨੇ ਇੱਕ ETTD ਦਾ ਜਿਹੜਾ ਉਹਨਾਂ ਨੇ ਉਹ ਕੀਤਾ ਹੈ ਕਿ ETT ਜਿਹੜੀ ਹੁਣ ਮਤਲਬ ਕਿ ਗ੍ਰੈਜੂਏਸ਼ਨ ਤੋਂ ਬਾਅਦ ਹੈ ਜਿਹੜੀ ETT ਹੋਇਆ ਕਰੂਗੀ ਆਪਾਂ ਗ੍ਰੈਜੂਏਸ਼ਨ ਤੋਂ ਬਾਅਦ ਹੈ ਜਿਹੜਾ B.Ed ਵੀ ਕਰ ਸਕਦੇ ਆਂ ਤੇ ETT ਵੀ ਕਰ ਸਕਦੇ ਆਂ ਇਹਦੇ ਵਿੱਚ ਸਿਰਫ ਇਹਨਾਂ ਨੇ ਇਹੀ ਦੱਸਿਆ ਹੈ ਕਿ ਜਿਹੜਾ ETT ਦਾ ਜਿਹੜਾ ਮਾਪਦੰਡ ਹੈ ਉਹ ਚੇਂਜ ਕਰ ਦਿੱਤਾ ਗਿਆ ਹੈ ਹੁਣ ਆਪਾਂ ਗ੍ਰੈਜੂਏਸ਼ਨ ਤੋਂ ਬਾਅਦ ਹੈ ਜਿਹੜੀ ETT ਕਰ ਸਕਦੇ ਆਂ ਤਾਂ ਹਰ ਸਾਲ ਆ ਬਾਕੀ ਇਹਨਾਂ ਨੇ ਦੱਸ ਰੱਖਿਆ ਹੈ ਕਿ ਹਰ ਸਾਲ ਜਿਹੜਾ ਇੱਕ ਡਾਈਟ ਦੇ ਵਿੱਚ ਹੈ ਜਿਹੜੇ 100 ਬੱਚਿਆਂ ਦਾ ਜਿਹੜਾ ਦਾਖਲਾ ਹੁੰਦਾ ਹੈ ਤਾਂ ਇਸ ਤਰ੍ਹਾਂ ਉਹਨਾਂ ਨੇ ਦੱਸਿਆ ਹੈ ਕਿ ਜਿਹੜਾ 22 ਜ਼ਿਲ੍ਹਿਆਂ ਦੇ ਵਿੱਚ ਹੈ ਹੁਣ 2200 ਜਿਹੜੇ ਬੱਚੇ EGD ਦੇ ਵਿੱਚ ਜਿਹੜਾ ਦਾਖਲਾ ਲੈਂਦੇ ਸੀ ਲੈਣਗੇ ਤੇ ਹੁਣ ਇਹਦੇ ਵਿੱਚ ਦੱਸਿਆ ਹੋਇਆ ਹੈ ਕਿ 8000 ਤੋਂ ਜ਼ਿਆਦਾ ਬੱਚੇ ਜਿਹੜੇ ETT ਦੇ ਵਿੱਚ ਜਿਹੜਾ ਉਹ ਦਾਖਲਾ ਲੈਂਦੇ ਸੀ ਤਾਂ ਹੁਣ ਜਿਹੜੀ ਹੁਣ ਨਈ ਐਜੂਕੇਸ਼ਨ ਪਾਲਿਸੀ ਬਣਾਈ ਐ ਉਸ ਦੇ ਅਨੁਸਾਰ ਐ ਜਿਹੜਾ ਹੁਣ ETT ਦੀ ਥਾਂ ਐ ਜਿਹੜਾ NTTA ਸ਼ਾਇਦ ਕੋਰਸ ਜਿਹੜਾ ਚਾਲੂ ਹੋ ਜਾਵੇਗਾ ਪਰ ਹਲੇ ਤੱਕ ਐ ਜਿਹੜਾ ਆਫੀਸ਼ੀਅਲੀ ਕੁਝ ਨਹੀਂ ਹੋਇਆ ਹੈਗਾ ਹਲੇ ਤਾਂ ਸਿਰਫ ਇਸ ਤੇ ਜਿਹੜੀ ਚਰਚਾ ਕੀਤੀ ਜਾ ਰਹੀ ਐ ਕਿ ਸ਼ਾਇਦ ਐ ਜਿਹੜਾ ETT ਦੀ ਥਾਂ ਐ ਜਿਹੜਾ NTTA ਕੋਰਸ ਐ ਜਿਹੜਾ ਉਹ ਲਾਗੂ ਹੋਵੇਗਾ ਤਾਂ ਬੱਚਿਓ ਹੁਣ ਜਿਹੜੇ ਬੱਚੇ ਐ ETT ਕਰਨਾ ਚਾਹੁੰਦੇ ਆ ਜਾਂ ETT ਕਰਨਾ ਚਾਹੁੰਦੇ ਆ ਜਾਂ NTTA ਐ ਤਾਂ ਤੁਸੀਂ ਹੁਣ ਐ ਜਿਹੜਾ ਆਪਣੀ ਗ੍ਰੈਜੂਏਸ਼ਨ ਐ ਜੇ ਉਹ ਕਰਨੀ ਸ਼ੁਰੂ ਕਰ ਦੇਵੋ ਕਿਉਂਕਿ ਇਹ ਜਿਹੜਾ ਗ੍ਰੈਜੂਏਸ਼ਨ ਤੋਂ ਬਾਅਦ ਇਹ ਜਿਹੜਾ ਆਪਾਂ ਇਹ ਕੋਰਸ ਹੈ ਜਿਹੜਾ ਉਹ ਕਰ ਸਕਦੇ ਆ ਹਲੇ ਤੱਕ ਇਹ ਜਿਹੜਾ ਇਸ ਤੇ ਕੋਈ ਵੀ ਅਫੀਸ਼ੀਅਲ ਜਾਂ ਹਲੇ ਵੀ ਕੋਈ ਵੀ ਪੱਕਾ ਨਹੀਂ ਹੋਇਆ ਕਿ ਇਹ ਜਿਹੜਾ ਐਂਟੀਟੀ ਹੈ ਜਿਹੜੀ ਉਹ ਦਾ ਜਿਹੜਾ ਐਂਟੀਟੀ ਦੀ ਤਿਆਰੀ ਹੈ ਜਿਹੜੀ ਹਲੇ ਸ਼ੁਰੂ ਨਹੀਂ ਹੋਈ ਹੈਗੀ ਤਾਂ ਬੱਚਿਓ ਹਲੇ ਜਿਹੜਾ ਇਸ ਤੇ ਦਾਖਲਾ ਸ਼ੁਰੂ ਨਹੀਂ ਹੋਇਆ ਹੈਗਾ ਤਾਂ ਥੈਂਕ ਯੂ ਸਟੂਡੈਂਟਸ ਥੈਂਕ ਯੂ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ